ਜਿਹੜੇ 4-5 ਤੋਂ ਲੀਡਰ ਇੰਟਰਵਿਊ ਕਿਤੇ ਨਾ ਇਹਨੇ 4-5 ਲੀਡਰੇ ਆਖੋ ਤੁਸੀਂ ਪੀੜ ਕੇ ਪੁੰਦੀ ਹੈ ਕਿ ਤੁਸੀਂ ਇੱਕ ਸਟੇਜ ਦੇ ਉੱਪਰ ਬੈਠ ਕੇ ਜੰਮੂ ਦੀ ਗੱਲ ਕਰੋ। ਹੱਸ ਤੇ ਪਥੇਰੀ ਵਾਲੀ ਬੋਲੇ। ਤੁਸੀਂ ਫਿਰ ਉਹਨੇ ਨਹੀਂ ਸ਼ਰਮਾ ਫਿਰ ਉਹਨੇ ਸ਼ਰਮ ਨਹੀਂ ਆਂਦੀ ਹੁਨੀ। ਨਮਸਤੇ ਆਉ ਪ੍ਰਗੈ ਸੋਤਰਾ ਸਿੱਧੀ ਲਕੀਰ ਉੱਪਰ ਤੁਸੀਂ ਸਾਰੇ ਲੋਕਿਆਂ ਦਾ ਮਤਾ ਮਤਾ ਮਲਾਰ ਕਰਨਿਆ। ਮੇਰੇ ਕੰਨੇ ਇਸ ਵੇਲੇ ਬੱਠ ਰਹਿਣਾ ਯੂਵਾ ਨੇਤਾ ਸਤਵੀਰ ਸਿੰਘ ਮਨਾਸੌਰ। ਬੜੀ ਛਾਲ ਗੱਲਾਂ ਕਰਨ ਹੈ ਜੰਮੂ ਦੇ ਬਾਰੇ ਚ ਔਰ ਤੁਸੀਂ ਪਤਾ ਹੈ ਕਿ 24 ਤਰੀਕ ਉਹ ਪਤਾ ਨਹੀਂ ਆਹ ਕਿਹੜਾ ਮੂਰਤਾ ਕੱਢਦਾ ਮੈ ਲੱਗਾ 24 ਤਰੀਕ ਇਸੀ ਹੁਣ ਮੀਟਿੰਗ ਦੇ ਅੰਗਰ ਬਣਾਉਣਾ ਪਉਣਾ ਕਿ ਕਿ ਹਰ ਜਗ੍ਹਾ ਨੇ ਦਿਖਾਏ 24 ਤਰੀਕ ਇੰਪੋਰਟੈਂਟ ਮੀਟਿੰਗ ਹੈ ਜਿਹੜੀਆਂ ਸਾਰੀਆਂ 24 ਤਰੀਕ ਨੇ ਤੇ ਜੰਮੂ ਕਸ਼ਮੀਰ ਦੀ ਹਰ ਇੱਕ ਪਾਰਟੀ ਦੇ ਅਧਿਐਖੀ ਕੀ ਜਿਹੜਾ ਮਦ ਹਰ ਇੱਕ ਨਹੀਂ ਬੋਲਗੀ ਮਤੀਹਾਰੀ ਪਾਰਟੀ ਦੇ ਅਧਿਐਖੀ ਜਿਹੜਾ ਆ ਉਹ ਸੱਦੇ ਦਾ ਦਿੱਲੀ ਕਿਹਰੇ ਵਾਸਤੇ ਜੰਮੂ ਕਸ਼ਮੀਰ ਉੱਪਰ ਗੱਲਬਾਤ ਜਿਹੜੀ ਉਹ ਕਰਨੀ ਤੇ ਇਹ ਮੇਰੇ ਕਿੰਨੇ ਬਾਠਾ ਜੇ ਮਨਾ ਸਾਹਿਬ ਬੜੇ ਸ਼ਾਹ ਲੀਡਰ ਨੇ ਵੀ ਬੜੀ ਸ਼ਾਹ ਗੱਲਾਂ ਜਿਹੜੀਆਂ ਉਹ ਕਰਦੇ ਮੀ ਦਸੋ ਤੁਸੀਂ ਹੀ ਸਾਦਾ ਆਇਆ ਪਹਿਲਾਂ ਮੀ ਨਹੀਂ ਸਾਦਾ ਹੈ ਜ਼ਿਆਦਾ ਅੱਛੀ ਗੱਲ ਹੈ ਹਾਂ ਕੀ ਭਲਾ ਇਹ ਕਰਨਾ ਵੀ ਕੇ ਉੱਥੇ ਜਾਈਓ ਉੱਥੋਂ ਨਾ ਕੇ ਜੰਮੂ ਹੀ ਉਹ ਥੋੜਾ ਠੰਡ ਠੰਡ ਗੋਪਾਲ ਅੱਛਾ ਜੰਮੂ ਦੇ ਖਾਤੇ ਇੱਕ ਆਖਣੀ ਹੈ ਬਾਕੀ ਦੀ ਗੱਲ ਜਿਹੜੇ ਲੀਡਰ ਆ ਦੇ ਡੇਟ ਵਿੱਚ ਬੜੇ ਰੋਲਾ ਪਾ ਦੇਣਾ ਹੂੰ ਕੀ ਸਾਨੂੰ ਨਹੀਂ ਬੁਲਾਇਆ ਸਾਨੂੰ ਨਹੀਂ ਬੁਲਾਇਆ ਆਖਣਿਆ ਮਤਲਬ ਕੋਦਨ ਕੋਦ ਦਰਦੇ ਹੈ ਕਿ ਮੀ ਨਹੀਂ ਬੁਲਾਇਆ ਅੱਛਾ ਦਰਦ ਇਹ ਨਹੀਂ ਹੈ ਕਿ ਉਸੀ ਨਹੀਂ ਬੁਲਾਇਆ ਦਰਦੇ ਹੈ ਕਿ ਮੀ ਨਹੀਂ ਬੁਲਾਇਆ ਤੁਸੀਂ ਕਹੇ ਕਿ ਦਰਦੇ ਮੀ ਨਹੀਂ ਬੁਲਾਇਆ ਤੇ ਚਲੋ ਘਰ ਘਰ ਹੁੰਦਾ ਪਾਏ ਛੱਡੀ ਵਾਲੇ ਦਾ ਹੋਏ ਪਾਏ ਉੱਥੇ ਕੀ ਹੋਣ ਤੇ ਤੁੰਦਾ ਜਿਹੜਾ ਇਹ ਪਿਛਲਾ ਘਾਰੀ ਪੈਂਥਸ ਪਾਰਟੀ ਠੀਕ ਹੈ ਉਥੇ ਤੁੰਦੇ ਅਧਿਆਪਕ ਜਿਹੜਾ ਨਾ ਭੀਮ ਸਿੰਘ ਹੋਣੇਗੀ ਸੱਦੀ ਲਿਆ ਹੈ ਨਹੀਂ ਪਰ ਜਿਹੜਾ ਚੇਅਰਮੈਨ ਹੈ ਹਰਜਦੇਵ ਸਿੰਘ ਉਹ ਬੜਾ ਪ੍ਰੋਟੈਸਟ ਕਰਾ ਰਿਹਾ ਬੜਾ ਹੀ ਕਰਲਾ ਰਿਹਾ ਰੋਵਾਰੇ ਦੁੱਖੜਾ ਆਪਣਾ ਸਰਾਰਾ ਕਿ ਮੀ ਨਹੀਂ ਸੱਧਿਆ ਮੀ ਨਹੀਂ ਸੱਧਿਆ ਕਿ ਕੀ ਵਜ੍ਹਾ ਕੀ ਮਤਲਬ ਖੁਸ਼ੀ ਨਹੀਂ ਹੈ ਕਿ ਮਤਲਬ ਚਲੋ ਅਧਿਐਕਸ਼ਕੀ ਸੱਦੀ ਲਿਆ ਹੈ ਜਾਂ ਇਹ ਹੈ ਕਿ ਮੈਂ ਖਾਲੀ ਨਹੀਂ ਪੁੱਜੀਆ ਮੀ ਕਹਲੀ ਨਹੀਂ ਇਨਵੀਟੇਸ਼ਨ ਆਇਆ ਹੈ ਦੇਖੋ ਮੇਰੀ ਗੱਲ ਸੁਣੋ ਜਿਹੜਾ ਪਿਛਲਾ ਘਰ ਨਹੀਂ ਆਦਾ ਬੱਚੇ ਸਕੂਲਿੰਗ ਹੁੰਦੀ ਸਾਡੀ ਸਕੂਲਿੰਗ ਹੋ ਗਈ ਉਹ ਠੀਕ ਹੈ 12th ਤੋੜੀ ਕੀਤੀ ਤੋਂ ਬਾਅਦ ਜਿੰਨਾ ਸਰਨਬੀਰ ਸਕੂਲ ਗਏ ਹੈ ਨਾ ਉਹ ਬਸ ਮੈਂ ਡਿਪਲੋਮਾ ਲੈ ਲਿਆ ਆ ਡਿਪਲੋਮਾ ਮੇਰੇ ਖਿਆਲੋਂ ਤੁਨ ਲਿਆ ਹਮੇ ਇਹਦਾ ਨਾਮ ਇਥੋਂ ਲੈਣੇ ਜ਼ਰੂਰ ਪਹਿਲੀ ਚੀਜ਼ ਔਰ ਦੂਜੀ ਚੀਜ਼ ਦਿਖੋ ਜਿਹੜਾ ਪਾਰਟੀ ਦੇ ਅਧਿਕਾਰੀ ਸੱਦ ਵੀਰੇ ਇਟ ਮੀਨਸ ਕਿ ਪਾਰਟੀ ਹੀ ਨਹੀਂ ਹੁੰਦਾ ਆਈ ਹੈ ਉਹਨਾਂ ਪਾਰਟੀ ਦੇ ਅਧਿਕਾਰੀ ਸੱਦ ਵੀਰੇ ਭੀਮ ਸਿੰਘ ਉਹਨਾਂ ਦਾ ਜ਼ਿਆਦਾ ਨਾਲੇਜ ਮੀਨ ਲਗਾ ਜੰਮੂ ਕਸ਼ਮੀਰ ਦੀ ਕੁਸਈ ਹੋਣੀ ਈਵਨ ਦੋ ਕਿ ਅੰਕੁਰ ਸ਼ਰਮਾ ਜਿਹੜੇ ਰੋਜ਼ ਸਿਰਫ ਇੱਕ ਪੋਲਿਟিক্যাল ਸਟੰਟ ਆ ਔਰ ਕੁਛ ਨਹੀਂ ਹੈ ਔਰ ਜਿਹੜੀ ਸਾਫ ਗੱਲ ਹੈ ਅਗਰ ਅਧਿਐਕਸ਼ੀ ਸੱਦਿਆ ਦਿਆ ਇਟ ਮੀਨਸ ਤੋ ਉਸੇ ਆਏਗੇ ਤੋ ਉਸੇ ਹੀ ਗੁਲਾਬ ਨਵੀਜ਼ਾ ਦਾ ਇਨਸੀਡੈਂਟ ਤੋਂ ਚੇਤਾ ਕਰ ਲਓ ਜਿੱਦਾਂ ਮੋਦੀ ਸਾਹਿਬ ਨੇ ਉਹਦੀ ਤਾਰੀਫ ਕੀਤੀ ਸੀ ਤਾਂ ਕਾਂਗਰਸ ਕੀ ਉਸੀ ਪੋਜ਼ਿਟਿਵ ਵੇਗ ਨਾਲ ਲੈਣਾ ਚਾਹੀਦਾ ਗੁਲਾਬ ਨਵੀਜ਼ਾ ਦੀ ਪ੍ਰੇਜ਼ ਕਰਨਾ ਚਾਹੀਦਾ ਉਸ ਟਾਈਮ ਕਿ ਕਿਤਾ ਕਾਂਗਰਸ ਨੇ ਉਹਦੇ ਪੁਤਲੇ ਜਲਾਏ ਹ ਉਹ ਜਿੰਨਾਂ ਕੀ ਪੈਂਥਰ ਪਾਰਟੀ ਦੇ ਤੁਸੀਂ ਗੱਲ ਜਿਹੜੇ ਸਾਰੇ ਪੁਰਾਣੇ ਗੁਰੂਕੁਲ ਦੀ ਗੱਲ ਕਰਾ ਉਹਦੇ ਵਿੱਚ ਉਹ ਹੈ ਕਿ ਭੀਮ ਸਿੰਘ ਉਹਨੇ ਸੱਦਿਆ ਤੁਸੀਂ ਪ੍ਰੇਜ਼ ਕਰਨਾ ਚਾਹੀਦਾ ਕਿ ਸਾੜੀ ਪਾਰਟੀ ਕੀ ਤਵੱਜ ਪੀਮ ਸਿੰਘ ਜੀ ਨੂੰ ਦਮੀ ਦੱਸੋ ਇਸ ਵੇਲੇ ਕੀ ਸਟੇਟਸ ਆ ਮਤਲਬ ਐ ਨਹੀਂ ਐ ਕੁਦਰ ਨਾਲੇ ਕੀ ਕੀ ਮਤਲਬ ਕੀ ਸਟੇਟਸ ਕੀ ਹਾਲਤ ਪੀਮ ਸਿੰਘ ਉਹਦਾ ਕੇਸ ਸਟੇਟਸ ਹੈ ਜਦ ਤੱਕ ਅਸ ਵੀਮ ਸਿੰਘ ਨੂੰ ਜਾਣਨੇ ਕਿ ਸਾਡੇ ਗੁਰੂ ਦੇ ਵੀ ਗੁਰੂ ਹੋਰੇ ਦੇ ਪੀਮ ਸਿੰਘ ਹੋਰੇ ਮੇਰੇ ਖਿਆਲ ਇੰਟਰਨੈਸ਼ਨਲ ਨੋਨ ਪਰਸਨੈਲਿਟੀ ਹੈ ਜਿਹੜਾ ਸੁੰਦਣਾ ਬੈਠੀ ਗੱਲਬਾਤ ਕਰਨ ਨੇ ਕੁਝ ਹੁੰਦਾ ਨਾ ਕਿ ਕੁਝ ਲੋਕ ਨੇ ਕਮਤਰ ਦਿਖਦੇ ਕਿ ਨਹੀਂ ਯਾਰ ਇਹ ਬੰਦਾ ਸਹੀ ਨਹੀਂ ਹੈ ਲੇਕਿਨ ਜੋ ਪੀਮ ਸਿੰਘ ਹੋਰੇ ਸਾਨੂੰ ਕੋ ਪਤਾ ਔਰ ਉਹ ਸੁਪਰੀਮ ਕੋਰਟ ਦੇ ਲਾਇਨ ਔਰ ਆਕਸਫੋਰਡ ਯੂਨੀਵਰਸਿਟੀ ਤੋਂਨੇ ਲਾ ਕਿਤੇ ਦਾ ਹੈ ਪਾਰਟੀ ਚਾ ਲੈ ਨਹੀਂ ਹੈ ਪਾਰਟੀ ਵਿੱਚ ਪ੍ਰਧਾਨ ਦੇ ਪਾਰਟੀ ਦੇ ਪ੍ਰਧਾਨ ਦੇ ਨਾਂ ਉੱਤੇ ਲੈਟਰ ਹੈ ਨਾ ਉਹ ਜਿਹੜਾ ਤੁਸੀਂ ਮੀਡੀਆ ਵਿੱਚ ਜਦੋਂ ਸਾਪੇ ਰਿਪੋਰਟ ਲੈਟਰ ਚੈੱਕ ਕਰ ਸਕਦੇ ਹੋ ਨਾ ਉਹ ਚੈੱਕ ਕਰ ਲਓ ਕਿਸ ਨਾਂ ਪਰ ਹੈ ਸਾਨੂੰ ਵੀ ਕਲੀਅਰ ਕਰ ਰਿਹਾ ਹੋਣਾ ਕਿ ਭੀਮ ਸਿੰਘ ਨੂੰ ਕਿਸ ਨਾਂ ਪਰ ਲੈਟਰ ਹੈ ਤੁਸੀਂ ਵੀ ਨਹੀਂ ਪਤਾ ਲੈ ਤੇ ਦੇਖੋ ਨਾ ਮੇਰਾ ਜਿਹੜਾ ਛੱਡਿਆ ਪਿੰਡ ਗਰਾਉ ਦਾ ਕੇ ਲੈਣਾ ਨਾ ਜਿਹੜੀ ਹਸਾਬਗਲ ਜਿਹੜਾ ਛੱਡਿਆ ਪਿੰਡ ਗਰਾਉ ਦਾ ਕੇ ਲੈਣਾ ਨਾ ਤੀ ਚੀਜ਼ ਨੇ ਕੁਝ ਲੋਕ ਉਹ ਦੇਖੋ ਨਾ ਅੰਕੁਰ ਸ਼ਰਮਾ ਰਹੀ ਗਏ ਵਾਦੀ ਡੇਟ ਵਿੱਚ ਮੈਂ ਬੜੀ ਬਾਰੀ ਮੈਂ ਮੇ ਵੀ ਤੁਸੀਂ ਜਿਹੜਾ ਉਹ ਕਰਦੇ ਹੋ ਨਾ ਕੋਈ ਵੀ ਇੰਟਰਵਿਊ ਕਰਦੇ ਹੋ ਲਾਈਵ ਕਰਦੇ ਹੋ ਅਗਰ ਤੇ ਮੈਂ ਬੜੀ ਬਾਰ ਦੇ ਵਿੱਚ ਕਮੈਂਟ ਕਰਨਾ ਹੁੰਨਾ ਕਿਉਂਕਿ ਤੁਸੀਂ ਲੋਕ ਕੁਝ ਸਵਾਲ ਜਿਹੜੇ ਆ ਮਿਸ ਕਰ ਹੀ ਜਾਂਦੇ ਹੋ ਜੀ ਜੀ ਜਿੰਨਾਂ ਕਿ ਅੰਕੁਰ ਸ਼ਰਮਾ ਹੋਰ ਕਰਦੇ ਸਟੀਟਿਊਡ ਉਹ ਬਾਰ ਬਾਰ ਕਿ ਕਦੇ ਨਰਸਨਹਾਰ ਜੈਨੋਸਾਈਡ ਦੀ ਗੱਲ ਕਰਦੇ 1990 ਭਾਈ ਅਸੇ ਕਹਿ ਲੈਣਾ ਅਸੇ ਕਹਿ ਲੈਣਾ ਜਿਹੜੀ ਸਾਫ਼ ਗੱਲ ਹੈ ਨਾ ਅਸੇ ਕਹਿ ਲੈਣਾ ਤੁਸੀਂ ਡੋਗਰੀ ਦੀ ਗੱਲ ਨਹੀਂ ਕਰਦੇ ਡਿਸਕ੍ਰਿਮੀਨੇਸ਼ਨ ਜੰਮੂ ਦਾ ਨਹੀਂ ਅਸੇ ਕਹਿ ਲੈਣਾ ਤੁਹਾਡੇ ਡੋਗਰੀ ਕੋਈ ਠੇਕਾ ਲੇਦਾ ਔਰ ਅੰਕੁਰ ਸ਼ਰਮਾ ਉਹ ਇਸ ਚੀਜ਼ ਹੀ ਲੈਂਦੇ ਨੇ ਕਸ਼ਮੀਰ ਮੇ ਜੋ ਹੁਆਤਾ ਕਸ਼ਮੀਰ ਮੇ ਜੋ ਹੁਆ ਤੋ ਭਾਈ ਬੂਇਆ ਡੋਗਰਾ ਅ ਜੰਮੂ ਵਿੱਚ ਰੋਣਿਆ ਅ ਸੇ ਵੋਟ ਜੰਮੂ ਵਿੱਚ ਲੈਣਾ ਤੋ ਸੇ ਮੇਰੀ ਗੱਲ ਸੁਨੋ ਨ ਜੁੰਦੇ ਸਿਰਾ ਚੜੇ ਤੋ ਜੋ ਕਸ਼ਮੀਰ ਮੇ ਇਲੈਕਸ਼ਨ ਲੜੋ ਤੋ ਕਸ਼ਮੀਰ ਦੀ ਗੱਲ ਕਰਦੇ ਹੋ ਉੰਦੇ ਕਹਣਾ ਕਿ ਤੋ ਪਿਛਲੀ ਗੱਲ ਨਹੀਂ ਕਰਦੇ ਹੋ ਸਿਰਫ ਆਕੜੇ ਮੱਲੇ ਜੋ ਬੀਜੇਪੀ ਨਾ ਮੁੱਦਾ ਪਕੜਿਆ ਤੋ ਸੇ ਪਕੜ ਲੈ ਤੋ ਸੂ ਕੇ ਬਨਣਾ ਚਾਹੁੰਦੇ ਹੋ ਇੱਕ ਬਾਲਾ ਸਾਹਿਬ ਠਾਕਰੇ ਬਨ ਇੰਟਰਨੈਸ਼ਨਲ ਲੀਡਰ ਜਿਹੜਾ ਸਾਡਾ ਰਵਿੰਦਰ ਰੈਨ ਔਰ ਅੱਜ ਮੈਂ ਜ਼ੀ ਨਿਊਜ਼ ਪਰ ਹੁੰਦਾ ਸੁਣਾ ਰਹਾ ਉਹਨੇ ਪੁੱਛੇ ਕਿ ਕੇ ਸਟ੍ਰੈਟਜੀ ਹੈ ਨਹੀਂ ਨਹੀਂ ਇਹ ਮ आपके मीडिया चैनल पे और मैं सुनाना डिस्कस क्यों नहीं कर सकता उस इंसान को पता कुछ नहीं है डिस्कस क्या करेगा उसको पता ही नहीं है मोदी जी ने क्या करना है सर्जिकल स्ट्राइक करनी है उसको पता कुछ नहीं है सबसे सही बात आप जवाब दे दो इसका मुझे पता ही कुछ नहीं है ये बात नहीं जैसे उससे बात की और उसके बाद वो बोलता नहीं मुझे कुछ पता ही नहीं है और साढ़े जड़े मैं बड़े लीडर दिखे अजरूह ने क्यों एकजुट जम्मू क्यों इन्वाइट करना जनरल जोरावर सिंह कौन जनरल जोरावर सिंह पहले मैं ये सुनाओ ना अंकुर शर्मा सवाल पूछना नू इज जनरल जोरावर सिंह क्या उन्हें नहीं पता ਅਗਰ ਉਹਨੇ ਪਤਾ ਤੇ ਬੜੇ ਬੇਵਕੂਫ ਨਾ ਉਹ ਜਿਹੜੇ ਇੱਕ ਜੁਟਾ ਰੇ ਬਹੁਤ ਜ਼ਿਆਦਾ ਵਜ੍ਹਾ ਕੀ ਹੈ ਮੇਰੀ ਗੱਲ ਸੁਣੋ ਨਾ ਅੱਜ ਦੀ ਡੇਟ ਵਿੱਚ ਸਾਰੇ ਕੋ ਬੜੇ ਸਿਆਣੇ ਬਣਦੇ ਕਸ਼ਮੀਰ ਛੋੜ ਦੋ ਕਸ਼ਮੀਰ ਛੋੜ ਦੋ ਉਹ ਬਈ ਕਿਉਂ ਛੋੜ ਦੋ ਕਿਸੇ ਕੇ ਬਾਪ ਕਾ ਹੈ ਕਸ਼ਮੀਰ ਛੋੜ ਦੋ ਮਹਾਰਾਜਾ ਹਰੀ ਸਿੰਘ ਕੋਣਾ ਮਹਾਰਾਜਾ ਗੁਲਾਬ ਸਿੰਘ ਕੋਣਾ ਜਨਰਲ ਜ਼ੋਰਾਵਰ ਸਿੰਘ ਕੋਣਾ ਜਿਹਨੇ ਤਿੱਬਤ ਤੱਕ ਫਤਿਹ ਕੀਤਾ ਸਾਡਾ ਬਾਰਡਰ ਤਿੱਬਤ ਤੱਕ ਸਾਡੇ ਬਾਰਡਰ ਪਹੁੰਚਾਇਆ ਮਤਲਬ ਚਾਈਨਾ ਕਨੇ ਟੱਚ ਕੀਤੀ ਐਡੀ ਵੱਡੀ ਸਾਡੀ ਬਾਉਂਡਰੀ ਬਣਾਈ ਕਿਸ ਖੱਲੜੀ ਦਾ ਇਨਸਾਨ ਹੈ ਉਸ ਟਾਈਮ ਦੇ ਵਿੱਚ ਲੇ ਲਦਾਗ ਦੇ ਮੈਂ ਵੀ ਕਿਹਾ ਨਹੀਂ ਠੰਡ ਨਹੀਂ ਗਰਮੀ ਵਿੱਚ ਵੀ ਐਸਾ ਮੌਸਮ ਹੁੰਦਾ ਤਾਂ ਤੁਸੀਂ ਕੰਬਲ ਲਈ ਸੋਣਾ ਪੁੰਦਾ ਉਸ ਟਾਈਮ ਦੇ ਵਿੱਚ ਉਹ ਬੰਦਾ ਕਿੰਨਾਂ ਲੜਿਆ ਹੋਣਾ ਕਿੰਨਾਂ ਲੜੀਆ ਤਿੱਬ ਤੋੜੀ ਪੁੱਜਿਆ ਉਹਨੇ ਆਖਿਆ ਕਿ ਸਾਢੇ 4 ਗਰ ਔਲਾਦ ਪੈਦਾ ਹੋਣਾ ਇਸ ਜਨਰਲ ਜ਼ੁਰਾਵਰ ਸਿੰਘ ਲਿਖਾ ਹੋਇਆ ਔਰ ਉਹ ਜਨਰਲ ਜ਼ੁਰਾਵਰ ਸਿੰਘ ਕੌਣ ਹੈ ਡੋਗਰਾ ਉਹ ਡੋਗਰਾ ਉਸ ਬੰਦੇ ਦੀ ਇੰਨੀ ਵੈਲਿਊ ਔਰ ਅੱਜ ਦੀ ਡੇਟ ਦੇ ਵਿੱਚ ਉਸ ਖਲਬਲੀ ਥੋੜੀ ਕਸ਼ਮੀਰ ਦੇ ਵਿੱਚ ਤੁਸੀਂ ਆਖ ਕੇ ਕਸ਼ਮੀਰ ਛੋੜ ਦਿਓ ਮੈਂ ਅੰਕੁਰ ਸ਼ਰਮਾ ਨੇ ਬੋਲਿਆ ਕੱਲ ਕਸ਼ਤਵਾਰ ਵਿੱਚ ਮਿਲਟੈਂਸੀਂ ਦੇ ਡੋਡਾ ਵਿੱਚ ਇੰਦੇ ਰਾਮਬਨ ਵਿੱਚ ਤੇ ਜੰਮੂ ਦੇ ਵਿੱਚ ਮਿਲਟਨ ਸੀ ਉਹਦੀ ਜੰਮੂ ਸ਼ੋਰ ਤੋਂ ਉਹ ਭਾਈ ਡੋਗਰੇ ਹੋ ਆਪਣੀ ਸਿਆਸਤ ਕਰਨੀ ਕਰੋ ਉਸ ਡਿਸਕ੍ਰਿਮੀਨੇਸ਼ਨ ਬਲਵੰਤ ਸਿੰਘ ਮਨਕੋਟੀਰ ਵੀ ਸਟੇਟ ਦੀ ਗੱਲ ਕਰਦੇ ਨੇ ਲੇਕਿਨ ਉਹ ਕਿਉਂ ਕਰਦੇ ਡਿਸਕ੍ਰਿਮੀਨੇਸ਼ਨ ਅਸੈਂਬਲੀ ਸੀਟਸ ਨੌਕਰੀਆਂ ਡਿਵੈਲਪਮੈਂਟ ਟੂਰਿਜ਼ਮ ਇੱਕ ਤਰੀਕਾ ਹੁੰਦਾ ਸਿਆਸਤ ਕਰਨੇ ਦਾ ਭਾਈ ਤੋਸਾਰ ਬਾਰੀ 1990 ਪਰ ਆਇਆ ਨਾ ਮੈਂ ਕਸ਼ਮੀਰੀ ਨਹੀਂ ਹੈ ਯਾਰ ਮੈਂ ਕਸ਼ਮੀਰੀ ਨਹੀਂ ਮੈਂ ਡੋਗਰਾ ਮੈਂ ਰਾਜ ਕਿੱਥੇ ਦਾ ਪਲਾਟ ਤੋਂ ਦੇਖੋ ਲਾਕਾਰ ਪ੍ਰਾਗ ਨਾ ਕੋ ਝਗੜਾ ਪਈਆ ਨਾ 5 ਮਰਲੇ 10 ਮਰਲੇ ਪਲਾਟ ਹੋਇਆ ਉੱਥੇ ਜਾਣਾਂ ਚਲੀਂਦੀਆਂ ਗੋਲੀਆਂ ਚਲੀਂਦੀਆਂ ਬੰਦੇ ਮਰੀਂਦੇ ਇੱਥੇ ਪੂਰੇ ਪੂਰਾ ਕਸ਼ਮੀਰ ਛੋੜ ਤੋ ਮੈਂ ਆਖਣਾ ਜਿਹੜੇ ਅੰਕੁਸ਼ ਹਰਮੋਨ ਪ੍ਰਾਗ ਨਾ ਕੇਸ ਲੱਗ ਨਾ ਸ਼ਰਦੇ ਆਪਣਾ ਪਲਾਟ ਫੇਰ ਉਹਨੇ ਹੱਕ ਇਨਸਾਫ ਚੇਤਾਣਾ ਉਹ ਜਿਹੜਾ ਤਰਾਜ਼ੂ ਨਹੀਂ ਹੁੰਦਾ ਜੂਸੀ ਬੋਲਦੇ ਅੰਦਾ ਕਾਨੂੰਨ ਹੈ ਫਿਰ ਉਹਨੇ ਉਹ ਕਾਨੂੰਨ ਚੇਤਾਈ ਹੈ ਨਾ ਪ੍ਰਾਗ ਨਾ ਪੂਰਾ ਲੈ ਲੈਣਾ ਕਸ਼ਮੀਰ ਪੂਰਾ ਛੱਡੀ ਨਾ ਕਿਉਂ ਛੱਡੀ ਨਾ ਭਾਈ ਕੋਈ ਮੁਫਤਦਾ ਦਾ ਕਸ਼ਮੀਰ ਡੋਗਰੇ ਵਿਆ ਰੂਲਰ ਪਹਿਲਾਂ ਇਹਦੇ ਪਛਾਣ ਨੂੰ ਕਿਹਸ ਤੁਸੀਂ ਆਪਣੀ ਪੀਡੀ ਕੇਸ ਕਰਨਾ ਚਾਹੁੰਦੇ ਹੋ ਕਿਸ ਨਲਾਇਕੇ ਅਗਰ ਕਸ਼ਮੀਰੀ ਤੂੰ ਨਸੀਅਤ ਹੈ ਤਾਂ ਮਤਲਬ ਤੁਸੀਂ ਨਸ ਨਹੀਂ ਪਲੈਨਿੰਗ ਬਣਾਈ ਦਿਉਣੀ ਅਗਰ ਕਸ਼ਮੀਰੀਤਾ ਹੱਲਾ ਬੋਲਿਆ ਤੁਸੀਂ ਤੁਮ ਨਸੀ ਅੱਗੇ ਇਹ ਜਿਹੜੇ ਲੋਕ ਨਾ ਜਿਹੜੀ ਸਿਆਸਤ ਕਰਦੇ ਬਹੁਤ ਹੀ ਗੰਦੀ ਸਿਆਸਤ ਹੈ ਸਿਆਸਤ ਕਰਨੀ ਐਸੈਂਬਲੀ ਸੀਟਸ ਬਰਾਬਰ ਹੋਣੀ ਚਾਹੀਦੀ ਮੈਂ ਜਿਹੜੀ ਤੁਸ ਆਖਣ ਮੈਂ ਦਿੱਲੀ ਬੁਲਾਇਆ ਨਹੀਂ ਬੁਲਾਇਆ ਡੋਜ਼ਨ ਮੈਟਰ ਚਤਵੀਰ ਸਿੰਘ ਦਿੱਲੀ ਜਾਏ ਮੇਰਾ ਅਗਲਾ ਸਵਾਲ ਬਸ ਤੁਮ ਤੇ ਕੋਲਾ ਇਹ ਹਾ ਕੀ ਕਿ ਹੋਣਾ ਲੈ ਤੁਸੀਂ ਕਿ ਲੱਗਦਾ ਕਿ ਜੇਲੇ ਸਾਰੇ ਉਥੇ ਕਿੱਥੇ ਬੋ ਬੋਗੇ ਇੱਕ ਟੇਬਲ ਉੱਪਰ ਵੱਡਾ ਜਿਹਾ ਟੇਬਲ ਹੋਣਾ ਜਿੱਥੇ ਸਾਰੇ ਕਿੱਥੇ ਬੈਠ ਜਾਣੇ ਉਹਦੇ ਕੀ ਗੱਲ ਬਾਤ ਹੋਣੀ ਜੰਮੂ ਕਸ਼ਮੀਰ ਦੀ ਲਈਏ ਕੀ ਗੱਲ ਬਾਤ ਹੋਗੀ ਤੁਸੀਂ ਕਿ ਲੱਗਦਾ ਤੁੰਦੇ ਜੋ ਦਿਮਾਗ ਚਲਾ ਉਹ ਸੁਣਾਓ ਲੋ ਮੈਂ ਤਾਂ ਪਹਿਲੇ ਕਹਦਾ ਸਵਾਲ ਦਾ ਜਵਾਬ ਦੇਣਾ ਉਹਦੇ ਬਾਅਦ ਇੱਕ ਸਵਾਲ ਆ ਉਹਦਾ ਜਵਾਬ ਮੈਂ ਤੁਸੀਂ ਪਰਤੇ ਦੇਖ ਪਹਿਲਾ ਇੱਕ ਸਵਾਲ ਦਾ ਜਵਾਬ ਜਿਹੜਾ ਤੁਸੀਂ ਵੀ ਜਸਟੂਨ ਪੁੱਛੇ ਕਿ ਉੱਥੇ ਕੀ ਹੋਣਾ ਉਹ ਤਾਂ ਪਹਿਲੀ ਚੀਜ਼ ਦੀ ਹੋਣੀ ਤਾਂ ਸਟੇਟ ਨਹੀਂ ਬਣਨੀ ਜੰਮੂ ਸਟੇਟ ਉਹਦਾ ਲੱਗਾ ਨਾ ਪਹਿਲੀ ਚੀਜ਼ ਕਲੀਅਰ ਹੋਏਗੀ ਕਿਉਂਕਿ ਭੀਮ ਸਿੰਘ ਉਹ ਗੇਦੇ ਹੁੰਦੀ ਨਾਲੇ ਦ ਔਰ ਇੰਟਰਨੈਸ਼ਨਲ ਲਾਇਰ ਨੋ ਉਹ ਗਏਦੇ ਨਾ ਉਹਦੀ ਸੋਚ ਤਾਂ ਮੈਨੂੰ ਪਤਾ ਹੈ ਉਹਨੇ ਸਟੇਟੂਡ ਅਲੱਗ-ਗਲ ਨਹੀਂ ਉਹਨੇ ਨਾ ਜੰਮੂ ਕਸ਼ਮੀਰ ਲਦਾਖ ਉਹ ਡੋਗਰਾ ਵਾਰੀਰ ਉਹ ਵੀ ਕਿਸੇ ਫੈਮਿਲੀ ਤੋਂ ਬਿਲਾਂਗ ਕਰਦੇ ਜਿਹੜੀ ਤਿੱਬਤੋੜੀ ਸੀਮਾ ਹੜੀ ਪੂਜੀ ਮੇਰੇ ਕਾਲ ਜ਼ਰਾਵਰ ਸਿੰਘ ਕੋਦੇ ਕਿਸੇ ਫੈਮਿਲੀ ਤੋਂ ਉਹ ਬਿਲਾਂਗ ਕਰਦੇ ਠੀਕ ਹੈ ਪਹਿਲੀ ਚੀਜ਼ ਉਹਨੇ ਇਹ ਕਰਨੀ ਕਿ ਜੰਮੂ ਕਸ਼ਮੀਰ ਲਦਾਖ ਨੂੰ ਫਿਰ ਸਟੇਟੂਡ ਵਾਪਸ ਦੇ ਰੀਸਟੋਰ ਸਟੇਟੂਡ ਆਫ ਜੰਮੂ ਕਸ਼ਮੀਰ ਐਂਡ ਲਦਾਖ ਠੀਕ ਹੈ हमको ਜੰਮੂ ਅਲੱਗ ਨਹੀਂ ਚਾਹੀਏ ਕਸ਼ਮੀਰ ਵੀ ہمارا ਹੈ ਹਮਾਰੇ ਜੰਨਤ-ਏ-ਕਸ਼ਮੀਰਪੁਰ ਦੁਨੀਆ ਵਿੱਚ ਆਕੇ ਦਾ ਲੋ ਦੇ ਯਾ ਕੇ ਸਵਾਰਗੀ ਛੱਡ ਢੋ ਇਹ ਐਸੇ ਲੀਡਰ ਨਾ ਕੇ ਸਵਾਰਗੀ ਛੱਡ ਢੋ ਕਿਉਂ ਛੱਡ ਢੋ ਭਾਈ ਤੂੰਸ ਨਾ ਕਾਬਲ ਹੋ ਤੋਸੇ ਕਿਉਂ ਭਲਾਣਾ ਹ ਰੀਜ਼ਨ ਸੁਣਾਓ ਨਾ ਇੱਕ ਇੱਕ ਰੀਜ਼ਨ ਸੁਣਾਓ ਸਿਰਫ ਹੀ ਹੈ ਕਸ਼ਮੀਰ ਜੰਮੂ ਕਰਨਾ ਯੂ ਰੀਜ਼ਨ ਹੈ ਬਾਕੀ ਕੋਈ ਰੀਜ਼ਨ ਸੁਣਾਓ ਨਾ ਤੂੰਸ ਕਿਉਂ ਨਹੀਂ ਇਕੱਠੇ ਬੋਹਦੇ ਜੰਮੂ ਦੇ ਲੀਡਰ ਮੇਰੇ ਤੇ ਦਵਿੰਦਰ ਸਿੰਘ ਰਾਣੋਂ ਹੋਂਦੇ ਕਿ ਨਾ ਵੀ ਗੱਲ ਹੋਈ ਮੈਂ ਇੱਕ ਦਿਨ ਉਹਦੇ ਕੋਲ ਗਿਆ ਦਾ ਬੜਾ ਅਚਾਂ ਉਹਦੇ ਵੀ ਇੱਕ ਚੀਜ਼ ਲੱਗੀ ਦੇਖੋ ਆਦ ਨਾ ਕੋਈ ਆਪਣਾ ਆਪੋਜੀਸ਼ਨ ਆ ਰੇ ਗੱਲ ਸੁਣੀ ਚਾਹੀਦੀ ਉਹਨੇ ਬੜੀ ਸੇ ਗੱਲ ਆ ਕਿ ਜੰਮੂ ਡੋਗਰਾ ਸਾਡੀ ਤਿੱਬਤ ਥੋੜੀ ਬਾਉਂਡਰੀ ਰਾਜ ਜਿਹਾ ਹੈਗੀ ਨੇ ਕਿ ਅਲੱਗ ਕਰੋ ਅਲੱਗ ਕਰੋ ਇਹ ਜਿਹੜੀ ਅਲੱਗ ਕਰਨੇ ਆ ਰਾਜਨੀਤੀ ਨੇ ਪਲੀਜ਼ ਤੁਸ ਵੀ ਕੁਦਾ ਨਾ ਕੁਦਾ ਇਹਲੇ ਸਵਾਲ ਉਹਨੇ ਪੁੱਛਿਆ ਕਰੋ ਨਾ ਕਿ ਕਸ਼ਮੀਰ ਹੈ ਕੋਦਾ ਹੈ ਇਹ ਪੁੱਛਣਾ ਹੋਣੇ ਦੇਖੋ ਮੇਰੀ ਗੱਲ ਸੁਣੋ ਕਾਨੂੰਨ ਹੈ ਨਾ ਜਿਹੜਾ ਕਾਨੂੰਨ ਕਾਨੂੰਨ ਵਕੀਲੇ ਮਤਾ ਪਤਾ ਹੋਣਾ ਲੇਕਿਨ ਮੇਰੀ ਗੱਲ ਸੁਣੋ ਜਿਹੜੀ ਜਨਤਾ ਨਾ ਸਾਡੀ ਜਨਤਾ ਜਨਾਰਦਨ ਉਹਨੇ ਜਿਹੜੀ ਸਤਵੀਰ ਸਿੰਘ ਗੱਲ ਕਰਨ ਸਿੰਪਲ ਤਰੀਕੇ ਕਰਨਾ ਮੈਂ ਤਾਂ 420 ਦਫਾ 547 ਦਫਾ 300 ਤੋਂ 307 ਕਰਗਾ ਨਾ ਉਸੇ ਨਹੀਂ ਪਤਾ ਕਿ ਕੀ ਚੀਜ਼ ਹੈ ਲੇਕਿਨ ਰਿਅਲਿਟੀ ਇਹ ਹੈ ਕਿ ਲੋਕ ਦੁਖੀ ਨਹੀਂ ਆ ਲੋਗੇ ਉਹਦੀ ਚੀਜ਼ ਨਹੀਂ ਆ ਲੋਗੇ ਇਹ ਹੈ ਕਿ ਸਾਨੂੰ ਨੌਕਰੀਆਂ ਬਰਾਬਰ ਮਿਲਣੀ ਚਾਹੀਦੀ ਅੱਕ ਬਰਾਬਰ ਮਿਲਣਾ ਚਾਹੀਦਾ ਇਹ ਚੀਜ਼ ਹੈ ਔਰ ਜਿਹੜੀ ਉਧਰ ਜਾਣੀ ਗੱਲ ਉਹ ਨਹੀਂ ਪਹਿਲੀ ਗੱਲ ਸਟੇਟੂ ਨਹੀਂ ਥੋਣਾ ਦਾ ਸਵਾਲ ਪੁੱਛਿਆ ਪਹਿਲੀ ਗੱਲ ਸਟੇਟੂ ਨਹੀਂ ਥੋਣਾ ਦੂਜੀ ਗੱਲ ਉਹ ਨਹੀਂ ਰੀਸਟੋਰੇਸ਼ਨ ਆਫ ਸਟੇਟ ਜੰਮੂ ਕਸ਼ਮੀਰ ਜਿਹੜਾ ਹੈ ਇਸੇ ਪੱrti ਦੁਬਾਰਾ ਸਟੇਟ ਬਣਾਇਆ ਇਸ ਚੀਜ਼ ਦੀ ਗੱਲ ਉਹ ਨਹੀਂ ਗੱਲ ਉਹ ਨਹੀਂ ਤੇ ਡੀਲਿਮਿਟੇਸ਼ਨ ਦੀ ਜਿਹੜੀ ਮੇਨ ਕ੍ਰਾਈਸਿਸ ਹੈ ਕਿ ਸਾੜੀ ਸੀਟਾਂ ਕਾਹਨੋਂ ਦੀ ਉਹ ਇਸ ਬਰਾਬਰੀ ਦੀ ਗੱਲ ਉਹ ਹੈ ਕਿ మేబీ ਜਨੂ ਵੀ ਡੀਲਿਮਿਟੇਸ਼ਨ ਕੰਪਲੀਟ ਹੋਊਗਾ ਆਫਟਰ 댓 ਅਸ ਤੋਂ ਸੇ ਰੀਸਟੋਰ ਤੁਹਾਡਾ ਸਟੇਟ ਆਊਟ ਕਰੀਊਗੇ ਤੁਸੀਂ ਇਥੇ ਇਲੈਕਸ਼ਨ ਕਰਾਉਣੇ ਵੇ ਸਾਡਾ ਸਹਿਯੋਗ ਦਿਓ ਠੀਕ ਹੈ ਤਾਂ ਕਿ ਇੰਟਰਨੈਸ਼ਨਲ ਲੈਵਲ ਪਰ ਵੀ ਇੱਕ ਮੈਸੇਜ ਆਏ ਕਿ ਜੰਮੂ ਕਸ਼ਮੀਰ ਪਰਤੀ ਰੀਸਟੋਰ ਹੋਈਗੀ ਸਟੇਟ ਪਲੱਸ ਇੱਕ ਮੈਸੇਜ ਆਏ ਕਿ ਇਥੇ ਚੁਨਾਵ ਹੋਈਏ ਔਰ ਇਥੇ ਡੈਮੋਕ੍ਰੇਸੀ ਦਾ ਰੂਲ ਹੈ ਇਹ ਦੋ ਤਿੰਨ ਚੀਜ਼ਾਂ ਹੋਣੀਆਂ ਤੁਸੀਂ ਵੀ ਇੱਕ ਗੱਲ ਸਮਝਾਓ ਕਿ ਜਿਹੜੇ ਕਸ਼ਮੀਰ ਦੇ ਲੀਡਰ ਨੇ ਜੱਲੇ ਉੱਥੇ ਜਾਣਗੇ ਤੁਹਾਨੂੰ ਲੱਗਦਾ ਹੈ ਕਿ ਇਹ ਜੰਮੂ ਦੇ ਬਾਰੇ ਚ ਕੋਈ ਗੱਲਬਾਤ ਕਰਨਗੇ ਜੰਮੂ ਤਾਂ ਹੀ ਕੋਈ ਗੱਲ ਹੋਗੀ ਦੇਖੋ ਜੰਮੂ ਦੇ ਬਾਰੇ ਕੋਈ ਗੱਲ ਕਰਨੀ ਆ ਨਾ ਕਰਨੇ ਲੇਕਿਨ ਮੈਂ ਤਾਂ ਇੱਕ ਚੀਜ਼ ਸੁਣਾਣਾ ਚਾਹਣਾ ਉਹਨੇ ਇਹ ਨਹੀਂ ਆਖਣਾ ਕਿ ਜੰਮੂ ਹੀ ਅਲੱਗ ਕਰੀੜੋ ਕਦੇ ਵੀ ਕਸ਼ਮੀਰ ਤੋਂ ਆਵਾਜ਼ ਨਹੀਂ ਆਈ ਕਿ ਜੰਮੂ ਹੀ ਅਲੱਗ ਕਰੀੜੋ ਲੇਕਿਨ ਜੰਮੂ ਦੇ ਕਾ ਐਸੇ ਲੋਗ ਨੇ ਕੁਝ ਜਿੰਨਾ ਮੈਨੂੰ ਸੁਣਾਇਆ ਕਿ ਕੁਝ ਕਮੀਆਂ ਹਨ ਮੈਨੂੰ ਲੱਗਾ ਡਾਕਟਰ ਮੈ ਫਰੂਕ ਅਬਦੁੱਲਲਾਹ ਨਾ ਲੈਣਾ ਉਥੇ ਜਾਈ ਉਹਨੇ ਇਹ ਨਹੀਂ ਆਖਣਾ ਮੈਂ ਜੰਮੂ ਕੋ ਹਿੱਸਾ ਬਰਾਬਰ ਦੇ ਦੂੰਗਾ ਮੈਂ ਬੂਬਾ ਮੁਫਤੀ ਨਾ ਤੇ ਮੈਂ ਨਹੀਂ ਆਖਣਾ ਮੈਂ ਜੰਮੂ ਕੋ ਹਿੱਸਾ ਬਰਾਬਰ ਦੇ ਦੂੰਗੀ ਉਹਨੇ ਆਪਣੀ ਲੀਡਰਸ਼ਿਪ ਪਰ ਉਹ ਹੈ ਇੱਕ ਕੌਨਫੀਡੈਂਸ਼ੀਅਲ ਲੀਡਰਸ਼ਿਪ ਪਰ ਕਸ਼ਮੀਰ ਦੇਖੇ ਤੁਸੀਂ ਗੁਪਕਾਰ ਐਲਾਈਅੰਸ 14 ਡਿਸਟ੍ਰਿਕਟ ਨੂੰ ਜਿੱਤੇ ਜੰਮੂ ਦੇ ਵਿੱਚ 8 ਡਿਸਟ੍ਰਿਕਟ ਜਿੱਤੇ 10 ਦੇ 10 ਆਪਨ ਡਿਸਟ੍ਰਿਕਟ ਜਿੱਤੀ ਲੈ ਉਹਨੇ ਆਪਣੇ ਜਿਹੜੀ ਉਹ ਕੌਨਫੀਡੈਂਸ ਆ ਆਪਣੀ ਇਕਤਾ ਦੇ ਉੱਪਰ ਜਿਹੜੀ ਜੰਮੂ ਦੇ ਵਿੱਚ ਨਹੀਂ ਹੈ ਜੰਮੂ ਦੇ ਲੀਡਰ ਕਿਉਂ ਨਹੀਂ ਇਕੱਠੇ ਬਹਿੰਦੇ ਜੰਮੂ ਦੇ ਲੀਡਰ ਕਿਉਂ ਨਹੀਂ ਇਕੱਠੇ ਗੱਲ ਕਰਦੇ ਆ ਚੌਧਰੀ ਲਾਲ ਸਿੰਘ ਉਹਦਾ ਮੈਂ ਵੀ ਤੁਸੇ ਮੇਰੇ ਨਾਲ ਪਹਿਲੇ ਸ਼ਾਇਦ ਇੰਟਰਵਿਊ ਕੀਤਾ ਉਮੀਦ ਹੈ ਸ਼ਾਇਦ ਪਤਾ ਲੱਗੇ ਤੁਸੇ ਕੀਤਾ ਹੋਣਾ ਆਪਾਂ ਤਾਂ ਲੀਡਰ ਇੰਟਰਵਿਊ ਕੀਤੇ ਨਾ ਇਹਨੇ 4-5 ਲੀਡਰ ਆਖੋ ਤੁਸੇ ਪ ਫਿਰ ਉਹਨਾਂ ਨੂੰ ਸ਼ਰਮ ਨਹੀਂ ਆਂਦੀ ਹੁਨੀ ਫਿਰ ਸ਼ਰਮ ਨਹੀਂ ਆਂਦੀ ਉਹ ਮੈਂ ਪਿਛਲੇ ਵੀ ਤੁਹਾਡਾ ਇੱਕ ਇੰਟਰਵਿਊ ਹੈ ਮੈਂ ਕਿ ਸਾਰੇ ਸੀਐਮ ਬਣਨਾ ਇਹ ਸਾਰੇ ਸੀਐਮ ਬਣਨਾ ਚਾਹੁੰਦੇ ਮੇਰੀ ਗੱਲ ਸੁਣੋ ਇਹਦੀ ਬਾਉਂਡਰੀ ਪਤਾ ਕਿੰਨਾ ਦਾ ਗੋਲ ਹੈ ਸਿਫ ਜੰਮੂ ਕਿ ਜੰਮੂ ਅਲੱਗ ਹੋਏਗਾ ਸਿੱਧੀ ਗੱਲ ਸੁਣਾਣਾ ਇਸ ਬੋਰਡ ਬੈਂਕ ਸਾੜਾ ਮਾਤਾ ਆਈ ਹੈ ਨਾ ਸਾੜਾ ਬੋਰਡ ਬੈਂਕ ਬੰਤ ਮਾਤਾ ਹਣਾ ਸਾੜਿਆ ਐਮਐਲਏ ਮਤੇ ਜਿੰਨੇ ਸਾੜਿਆ ਐਮਐਲਏ ਮਤੇ ਜਿੰਨੇ ਫਿਰ ਅਸੀਂ ਚੀਫ ਮਿਨਿਸਟਰ ਬਣਨਾ ਸਾਰੀ ਚੀਜ਼ ਰੁਕਦੀ ਕਿਉਂ ਤੇ ਚੀਫ ਮਿਨਿਸਟਰ ਬਣਾਈ ਹੈ ਕੁਰਸੀ ਪਰ ਕੁਰਸੀ ਪਰ ਰੁਕਦੀ ਹੈ ਕੁਰਸੀ ਦੇ ਭੁਖੇ ਨੇ ਜੰਮੂ ਦੇ ਸਾਰੇ ਲੀ ਔਰ ਖਾਸ ਤੌਰ ਤੇ ਜਿਹੜੀ ਨਵੀਂ ਲੀਡਰਸ਼ਿਪ ਉਭਰਾਈ ਹੈ ਇਹ ਜਿਹੜੀ ਕੁਰਸੀ ਆਣ ਤੋਂ ਮੈਨੂੰ ਕੋਈ ਲੋ ਮੈਂ ਕੁੜੀ ਵੀ ਤੋਂ ਇੰਟਰਵਿਊ ਦੇ ਸਕਣਾ ਇੰਦੇ ਤੇ ਲਾ ਕੁਰਸੀ ਚਾਹੀਦੀ ਹੈ ਚਲੋ ਇੱਕ ਆਖਰੀ ਸਵਾਲ ਤੁਹਾਨੂੰ ਕੋਲੋਂ ਪੁੱਛਨੀ ਆ ਕਿ ਜਿੰਨ ਲਿਡ ਰਏਗੀ ਨਹੀਂ ਸੱਦਿਆ ਜਿਨੇ ਕਿ ਸਾਦਾ ਜਣਾ ਉਹ ਨਹੀਂ ਆਇਆ ਉਹ ਇਸ ਵੇਲੇ ਦੁਖੀ ਵੀ ਆਣਾ ਪਰੇਸ਼ਾਨ ਵੀ ਆਣਾ ਕੁਝ ਬਸ ਆਪਣਾ ਗੁੱਸਾ ਵੀ ਕੱਢਾ ਦੇਣਾ ਠੀਕ ਹੈ ਉਹ ਲੀਡ ਰਏਗੀ ਤੁਸੀਂ ਕੀ ਆਖਣਾ ਚਾਹਗੇ ਮੈਂ ਉਹਨੇ ਲੀਡ ਦੇ ਆਖਣਾ ਚਾਹਨਾ ਮੇਰੀ ਗੱਲ ਸੁਨੋ ਇਕਤਾ ਮੇ ਬਲ ਹੈ ਠੀਕ ਹੈ ਤੇ ਦੁਜੀ ਵਿਨਾਸ਼ ਕਾ ਲਾਇ ਵਿਪਰੀਤ ਬੁੱਧੀ ਠੀਕ ਹੈ ਤੂੰ ਦੀ ਬੁੱਧੀ ਕੇ ਭ੍ਰਸ਼ਟ ਹੋਈ ਗਈ ਜਿੱਲੇ ਬੰਦਿਆ ਵਿਨਾਸ਼ ਕਾਲ ਆਇੰਦਰ ਉਹਦੀ ਬੁੱਧੀ ਜਿਹੜੀ ਵਿਪਰੀਤ ਹੋਈ ਹੁੰਦੀ। ਰਾਵਣ ਦੀ ਵੀ ਹੋਈ ਗਈ ਨਾ ਚਲ ਵਿਨਾਸ਼ ਕਾਲ ਆਇਆ। ਤੇ ਇਹ ਉਹ ਚੀਜ਼ ਹੈ ਇਲੰਦਾ ਦਿਮਾਗ ਉਹਦਾ ਖਰਾਬ ਠੀਕ ਹੈ। ਕੋਈ ਤੂੰ ਸੇ ਬੋਲਿਆ ਮੈਂ ਬੋਲਿਆ ਲੇਕਿਨ ਤੋਸੇ ਕੇ ਲੱਗਦਾ ਇਨੇ ਸ਼ਰਮ ਆਈ ਆ। ਸ਼ਰਮ ਇਨੇ ਕਦੇ ਨਹੀਂ ਆਣੀ। ਇਨੇ ਕਦੇ ਇੱਕ ਨਹੀਂ ਉਹ ਨਾ ਚੌਧਰੀ ਲਾਲ ਸਿੰਘ ਹੋਣ ਪਾਏ ਕੋਈ ਵੀ ਲੀਡਰ ਹੋਵੇ। ਇਨੇ ਇੱਕ ਨਹੀਂ ਹੋਣਾ। ਉਰ ਕੁਛ ਲੀਟ ਜਿਹੜੀ ਕਸ਼ਮੀਰ ਦੀ ਗੱਲ ਕਰਦੇ ਨਾ ਕਿ ਕਸ਼ਮੀਰੀ ਬਖਰਾ ਕਰੀਡੋ ਇੱਕ ਡਿਸਕ੍ਰਿਮੀਨੇਸ਼ਨ ਦੇ ਨਾਮ ਪਰ ਜਿਹੜਾ ਬੰਦਾ ਗੱਲ ਕਰਦਾ ਉਹ ਠੀਕ ਹੈ ਉਹ ਇਹ ਨਹੀਂ ਚਾਹੁੰਦਾ ਕਸ਼ਮੀਰ ਮੇਰੇ ਜੀ ਨੇ ਗੁਰੂ ਨੂੰ ਬਲਵੰਤ ਸਿੰਘ ਮਨਕੋਟੇਰੋ ਗੱਲ ਕਰਦੇ ਮੈਂ ਪਹਿਲਾਂ ਨਾ ਨੰਨੋ ਜੰਮੂ ਦੀ ਅਲੱਗ ਕਰਨ ਦੀ ਗੱਲ ਕਰਦੇ ਲੇਕਿਨ ਕਿਸ ਵੇ ਵਿੱਚ ਕਰਦੇ ਕਿ ਡਿਸਕ੍ਰਿਮੀਨੇਸ਼ਨ ਹੈ ਅਗਰ ਤੋਂ ਡਿਸਕ੍ਰਿਮੀਨੇਸ਼ਨ ਹੀ ਖਤਮ ਕਰੀਡੋ ਤਾਂ ਜੰਮੂ ਕਸ਼ਮੀਰ ਲਦਾਖ ਬਹੁਤ ਖੁਸ਼ਾ ਸੇ ਦੇ ਵਿੱਚ ਬਹੁਤ ਖੁਸ਼ਾ ਸੋ ਪਲੀਜ਼ ਮੈਂ ਭਰਤੀਆ ਰਿਕੁਐਸਟ ਕਰਨਾ ਕਿ ਆਪਣੀ ਜਿਹੜੀ ਏ ਤਰਤੀ ਹੈ ਇਸ ਪਾਵਨ ਤਰਤੀ ਦਾ ਪਾਲਨ ਕਰੋ ਇੱਕ ਦੂਏ ਕਨੇ ਜੁੜੀਏ ਰਹੋ ਗਲਤ ਬਿਲਕੁਲ ਨਹੀਂ ਕਰੋ ਇਹ ਸਾਡੀ ਫਰਸਟ ਪ੍ਰੀਅਰਟੀ ਹੋਣੀ ਚਾਹੀਦੀ ਬਾਕੀ ਜੁਨੇ ਬੜੀ ਐ ਦਿਲਾਂ ਵਿੱਚ ਦੇ ਉਹ ਆਪਣੀ ਦਿਲਾਂ ਦੀ ਪੂਰੀ ਕਰ ਲੈ ਜੁਨੇ ਐ ਤਕਲੀਫ ਥੋੜੀ ਬਹੁਤ ਬਹੁਤ ਸ਼ੁਕਰੀਆ ਤਤਵੀਰ ਜੀ ਤੇ ਇਨੇ ਸਾਫ਼ ਸਾਫ਼ ਆਖਿਆ ਹੈ ਕਿ ਮੀ ਕੁਰਸੀ ਦਾ ਲਾਲਚ ਨਹੀਂ ਹੈ ਮੀ ਕੁਰਸੀ ਥੋ ਨਹੀਂ ਥੋ ਮੈਂ ਜੰਮੂ ਤਾਂ ਹੀ ਜਿਹੜਾ ਔਰ ਜੰਮੂ ਦੇ ਲੋਕਿਆਂ ਤਾਂ ਹੀ ਜਿਹੜਾ ਉਹ ਕੰਮਕਾਜ ਜਿਹੜਾ ਉਹ ਕਰਦਾ ਰੋਗਾ ਔਰ ਆਵਾਜ਼ ਜਿਹੜੀ ਉਹ ਚੁੱਕਦਾ ਰੋਗਾ ਤੇ 24 ਤਰੀਕ ਇੱਕ ਐਹੀ ਤਰੀਕੇ ਜਿਹਦੇ ਵਿੱਚ ਬਥੇਰੀਆਂ ਪਾਰਟੀਆਂ ਜਿਹੜੀਆਂ ਉਹ ਜਾਣ ਲਗੀਆਂ ਨੇ ਦਿੱਲੀ ਪਾਰਟੀ ਦੇ ਅਧਿਐਕਸ਼ ਜਿਹੜਾ ਨਾ ਉਹ ਦਿੱਲੀ ਜਾ ਲਗੇ ਨਾ ਜੰਮੂ ਕਸ਼ਮੀਰ ਤੇ ਬਾਰੇ ਚ ਗੱਲਬਾਤ ਜਿਹੜੀ ਉਹ ਕਰ ਤਾਂ ਹੀ ਔਰ ਉਸੇ ਦਿਨ ਸੋਨੀਆ ਗਾਂਧੀ ਉਹਨੇ ਵੀ ਜਿਹੜੀ ਆ ਉਹ ਰੱਖੀਦੀ ਹੈ ਮੀਟਿੰਗ ਉਥੇ ਵੀ ਉਹਨੇ ਆਪਣੇ ਪਾਰਟੀ ਦੇ ਬੰਦੇ ਆਂ ਕਿ ਜਿਹੜਾ ਉਹ ਸਦਰਾ ਔਰ ਉਸੇ ਦਿਨ ਗੁਲਚਨ ਸਿੰਘ ਹੁਣੇ ਵੀ ਮੀਟਿੰਗ ਇਕ ਰੱਖੀ ਰਹੀ ਹੁਣੇ ਵੀ ਸਦਰਾਂ ਪਾਰਟੀਆਂ ਚ ਇਹ ਦਿਨ ਵੀ ਲੱਗਾ ਰਿਹਾ ਕਿ ਮੀਟਿੰਗ ਤਾਂ ਹੀ ਰੱਖੇ ਰਹਾ ਬਈ ਇਹ ਦਿਨ 24 ਤਰੀਕ 24 ਤਰੀਕ ਨਹੀਂ ਹੈ ਇੱਕ ਬੜਾ ਵੱਡਾ ਦਿਨ ਆ ਉਹ ਦਿਖਣਾ ਇਹ ਉਸ ਦਿਨ ਕਿ ਕੇ ਕਿਸ ਗੱਲਬਾਤ ਜੜੀ ਉਹ ਜੰਮੂ ਕਸ਼ਮੀਰ ਲਈ ਇਹ ਹੁੰਦੀ ਹੈ ਉਮੀਦ ਕਰਨੀਆ ਮੀਤ ਬੜਾ ਇੰਤਜ਼ਾਰ ਹੈ ਤੁਸੇ ਸਾਰੇ ਲੋਕਾਂ ਵੀ ਉਹ ਗੌਰ ਤੁਸੇ ਸਾਫ ਸਾਫ ਸੁਣ ਲਿਆ ਮਨਾਸਾ ਬਣੇ ਕਿ ਜੰਮੂ ਦੇ ਲੀਡਰ ਇਹ ਹੁਣੇ ਬੜਾ ਸ਼ਾਨਦਾਰ ਮੈਸੇਜ ਜੜਾ ਉਹ ਦਿੱਤਾ ਹੈ ਕਿ ਕੁਰਸੀ ਦੇ ਪਿੱਛੇ ਨਹੀਂ ਲੜੋ ਆਪਣੇ ਹੱਕ ਤਾਂ ਹੀ ਲੜੋ ਇਹ ਆਖਿਆ